ਤੁਸੀਂ ਦੇਖੋਗੇ ਇੱਕ ਅਲਕੋਹਲਿਕ ਨੇ ਤੇ ਇੱਕ ਨਾਨ ਅਲਕੋਹਲਿਕ, ਮਤਲਬ ਅਲਕੋਹਲਿਕ ਉਹ ਵੀ ਹੈ 80%, ਹੀ ਇਜ਼ ਨਾਟ ਅਲਕੋਹਲਿਕ, ਹੀ ਇਜ਼ ਟੇਕਿੰਗ ਅਲਕੋਹਲ ਬਟ ਹੀ ਇਜ਼ ਨਾਟ ਅਲਕੋਹਲਿਕ। ਜਿਹੜਾ ਹੀ ਇਜ਼ ਟੇਕਿੰਗ ਅਲਕੋਹਲ ਬਟ ਨਾਟ ਅਲਕੋਹਲਿਕ ਨਾ, ਉਹ ਆਰਾਮ ਨਾਲ 2 ਪੈਗ ਲਾ ਕੇ ਹੀ ਵਿਲ ਬੀ ਮੋਰ ਐਫੀਸ਼ੀਐਂਟ, ਮੋਰ ਹੰਬਲ, ਮੋਰ ਰਿਲੈਕਸਡ, ਮੋਰ ਕੋਨਫੀਡੈਂਟ, ਬੜੀ ਸੋਹਣੀ ਗੱਲ ਕਰੇਗਾ। ਐਂਡ ਤੇ ਤੁਸੀਂ ਸੋਚੋਗੇ ਵੀ ਇਹ ਅਲਕੋਹਲ ਦਾ ਫਾਇਦਾ ਹੋ ਗਿਆ ਉਹਨੂੰ। ਪੇਸ਼ੈਂਟ ਕੀ ਕਰੇਗਾ, ਆਫਟਰ 2 ਪੈਗਸ ਨਾ ਹੀ ਵਿਲ ਬੀ ਇੰਟੋਕਸੀਕੇਟਡ, ਉਹਦੀ ਆਈਜ਼ ਫਿਕਸ ਹੋ ਜਾਣਗੀਆਂ, ਉਹਦੀ ਟੌਕਸਿਕ ਲੁੱਕ ਆ ਜਾਏਗੀ, ਉਹਦੇ ਆਈਜ਼ ਹੈਂਡਸ ਦੇ ਵਿੱਚ ਫਰਕ ਪੈ ਜਾਏਗਾ, ਉਹਦੀਆਂ ਜਿਹੜਾ ਹੈ ਫਲੈਸ਼ਿੰਗ ਫੇਸ ਹੋ ਜਾਏਗਾ, ਐਂਡ ਉਹਨੂੰ ਸਟੈਗਰਿੰਗ ਗੇਟ ਹੋ ਜਾਏਗੀ, ਉਹਨੂੰ ਖੜ੍ਹੇ ਹੋਣ 'ਚ ਮੁਸ਼ਕਲ ਆਏਗੀ, ਐਂਡ ਉਹ ਲੱਗੇਗਾ ਕਿ ਉਹਨੂੰ ਕਿਸੇ ਤਰ੍ਹਾਂ ਦੀ ਨਾ ਕੋਈ ਕਾਲੀ ਜੀ ਪੈ ਰਹੀ ਹੈ, ਐਂਡ ਹੀ ਵਿਲ ਬੀ ਲੁਕਿੰਗ ਫਾਰ ਅ ਥਰਡ ਵਨ, ਐਂਡ ਦੈਨ ਹੀ ਵਿਲ ਬੀ ਲੁਕਿੰਗ ਫਾਰ ਅ ਫੋਰਥ ਵਨ। ਇਟਸ ਵੈਰੀ ਕਾਮਨ, ਤੁਸੀਂ ਦੇਖਿਆ, ਰੋਜ਼ ਦੇਖਿਆ। ਹੁਣ ਸਾਡਾ ਪੇਸ਼ੈਂਟ ਜਿਹੜਾ ਨਾ ਇੱਕ ਵਾਰੀ ਟੇਬਲ ਤੇ ਬਹਿ ਗਿਆ ਨਾ, ਇਹ ਉੱਠ ਨਹੀਂ ਸਕਦਾ, ਉਹਦੇ ਨਾਲ ਦੇ ਜਿਹੜੇ ਬੈਠਣਗੇ 4 ਬੰਦੇ ਉੱਠ ਕੇ ਚਲੇ ਜਾਣਗੇ, ਆਪਣਾ ਆਪਣਾ ਟਾਈਮ ਤੇ ਉੱਠ ਕੇ ਚਲੇ ਜਾਣਗੇ, ਬਟ ਸਾਡਾ ਪੇਸ਼ੈਂਟ ਉੱਥੋਂ ਉੱਠ ਨਹੀਂ ਸਕੇਗਾ, ਇਹ ਉਹਦੀ ਨਿਸ਼ਾਨੀ ਹੈ। ਫਿਰ ਸਾਡਾ ਪੇਸ਼ੈਂਟ ਅਨਕਾਈਂਡ ਹੋਈ ਜਾਏਗਾ, ਜਾਂ ਹੀ ਵਿਲ ਸਟਾਰਟ ਹੈਵਿੰਗ ਇਮੋਸ਼ਨ, ਜਾਂ ਰੋਣਾ ਸ਼ੁਰੂ ਕਰ ਦੇਗਾ, ਜਾਂ ਬਹੁਤ ਜ਼ਿਆਦਾ ਲਾਊਡ ਟਾਕ ਸ਼ੁਰੂ ਹੋ ਜਾਏਗੀ ਉਹਦੀ। ਜੇ ਦੇਖਿਆ ਹੋਣਾ ਕਲੱਬਾਂ ਦੇ ਵਿੱਚ ਜਾਂਦੇ ਹਾਂ, ਬੜੀ ਲਾਊਡ ਟਾਕ ਸ਼ੁਰੂ ਹੋ ਜਾਂਦੀ ਹੈ, ਬਾਥਰੂਮ ਦੇ ਵਿੱਚ ਜਾ ਕੇ ਲਾਊਡ ਟਾਕ ਕਰਨੀ, ਅਗਰੈਸਿਵ ਹੋ ਜਾਣਾ, ਵੇਟਰ ਦੇ ਨਾਲ ਪੰਗਾ ਲੈਣਾ, ਖਾਣਾ ਨਹੀਂ ਠੀਕ, ਆਹ ਨਹੀਂ ਠੀਕ, ਕ੍ਰਿਟੀਕਲ ਹੋ ਜਾਣਾ, ਜਿੰਨੀਆਂ ਸਾਡੀਆਂ ਕਰੈਕਟਰ ਡਿਫੈਕਟਸ ਹੁੰਦੇ ਨੇ ਉਹ ਸਾਰੇ ਬਾਹਰ ਆ ਜਾਣਗੇ। ਲਾਇੰਗ, ਬੋਸਟਿੰਗ, ਆਪਣੇ ਆਪ ਨੂੰ ਕਰਨਾ ਕਿ ਮੈਂ ਬਹੁਤ ਗ੍ਰੈਂਡ ਹਾਂ, ਦੇਰ ਇਜ਼ ਨੋ ਵਨ ਲਾਈਕ ਮੀ, ਟਰਮੀਨਲ ਯੂਨੀਕਨੈਸ ਕਿ ਮੇਰੇ ਤੋਂ ਉੱਪਰ ਤਾਂ ਇਨਸਾਨ ਹੀ ਕੋਈ ਨਹੀਂ, ਮੈਂ ਰੱਬ ਹੈਗਾ। ਐਂਡ ਉਹਨੂੰ ਆਸ ਪਾਸ ਦੇ ਲੋਕ ਜਿਹੜੇ ਆ ਨਾ ਉਹ ਬੜੇ ਘਟੀਆ ਲੱਗਣਗੇ, ਐਂਡ ਸਾਰਿਆਂ ਦੇ ਵਿੱਚ ਨੁਕਸ ਲੱਭੇਗਾ। ਐਂਡ ਬਹੁਤ ਵਾਰੀ ਤੇ ਹੋਣਗੇ ਜਿੱਥੇ ਦੋਸਤ ਇਕੱਠੇ ਜਾਣਗੇ ਨਾ ਡ੍ਰਿੰਕਸ ਲੈਣ, ਉਹਨਾਂ ਦੀ ਆਪਸ ਦੇ ਵਿੱਚ ਹੀ ਕੰਫਲਿਕਟ ਹੋ ਜਾਏਗਾ ਕਿਸੇ ਨਾ ਕਿਸੇ ਰੀਜ਼ਨ ਤੇ। ਐਂਡ ਖਾਸ ਕਰਕੇ ਸਾਡੇ ਪੇਸ਼ੈਂਟ ਨਾ ਓਵਰ ਸੈਂਸਿਟਿਵ ਹੋ ਜਾਣਗੇ, ਤੂੰ ਮੈਨੂੰ ਇਹ ਗੱਲ ਕਹੀ ਹੈ ਜਾਂ ਤਾਂ ਤੂੰ ਮੈਨੂੰ ਲਾ ਕੇ ਗਈ ਗੱਲ, ਮਤਲਬ ਉਹਨਾਂ ਨੂੰ ਇਹ ਲੱਗੇਗਾ ਕਿ ਜਿਹੜੀ ਗੱਲ ਕਰ ਰਿਹਾ ਨਾ ਟੌਂਟ ਕਰ ਰਿਹਾ। ਫਿਰ ਉਹਨਾਂ ਨੂੰ ਇਹ ਲੱਗੇਗਾ ਕਿ ਜਿਹੜਾ, ਦੇਖੋ ਹੁਣ ਦੂਸਰਾ ਇਨਸਾਨ ਕੀ ਗੱਲ ਕਰੇਗਾ, ਤੇਰਾ ਬਿਜ਼ਨਸ ਕਿਉਂ ਨਹੀਂ ਚੱਲਦਾ ਪਿਆ, ਤੇਰਾ ਬਿਜ਼ਨਸ ਫੇਲ ਕਿਉਂ ਹੋ ਰਿਹਾ, ਤੇਰਾ ਡਿਕਲਾਈਨ ਕਿਉਂ ਹੋ ਗਿਆ, ਤੇਰੇ ਪਾਪਾ ਇੰਨੇ ਤੇ ਇੰਨਾ, ਤੇਰੇ ਫਾਦਰ ਨੇ ਇੰਨਾ ਬਣਾਇਆ ਸੀਗਾ, ਤੂੰ ਨਹੀਂ ਮੇਨਟੇਨ ਕਰ ਸਕਿਆ, ਤੂੰ ਚੰਗੀ ਤਰ੍ਹਾਂ ਪੀਆ ਕਰ। ਹੁਣ ਜਿਹੜਾ ਬੰਦਾ ਕਹਿੰਦਾ ਪਿਆ ਨਾ ਚੰਗੀ ਤਰ੍ਹਾਂ ਪੀਆ ਕਰ, ਇਨਫੈਕਟ ਉਹ 80% 'ਚ, ਉਹ ਫਿਰ ਜਿਹੜੇ 20% ਸਾਡੇ ਪੇਸ਼ੈਂਟ ਹੈ ਨਾ ਉਹਨਾਂ ਨੂੰ ਨੀਵਾਂ ਦੇਖਣਾ ਸ਼ੁਰੂ ਕਰ ਦਿੰਦਾ।